ਅੱਜ ਕਿਉਂਕਿ ਕੱਲ ਮੈਂ ਤੁਹਾਨੂੰ ਇਸੇ ਵਕਤ ਇਸੇ ਸਮੇਂ ਦੇ ਉੱਤੇ ਕਾਲ ਕੀਤਾ ਸੀਗਾ ਕਿ ਅਸੀਂ ਲਗਾਤਾਰ 24 ਘੰਟਿਆਂ ਬਾਅਦ ਜਿਹੜਾ ਅੰਕੜਾ ਜਿਹੜਾ ਅਸੀਂ ਨੰਬਰ ਜਾਰੀ ਕੀਤਾ ਸੀ ਜਿਹੜਾ ਉਹਦਾ ਅੰਕੜਾ ਹੋਊਗਾ ਜਿਹੜੀ ਸਾਨੂੰ ਰਾਏ ਲੋਕ ਦਿੰਦਗੇ ਉਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਹਰ ਰੋਜ਼ ਸਾਂਝੇ ਕਰਿਆ ਕਰਾਂਗੇ ਸੋ ਅੱਜ ਫੇਰ ਉਹੀ ਇਨਫੋਰਮੇਸ਼ਨ ਜਿਹੜਾ ਨੰਬਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲੋਕਾਂ ਦੀ ਰਹਿ ਜਾਣਣ ਦੇ ਲਈ ਲੋਕਾਂ ਦੀ ਸਲਾਹ ਲੈਣ ਦੇ ਲਈ ਜਾਰੀ ਕੀਤਾ ਸੀਗਾ ਜਿਹੜਾ 70748 70748 70748 ਜਾਰੀ ਕੀਤਾ ਸੀਗਾ ਉਹਦੇ ਵਿੱਚ 48 ਘੰਟਿਆਂ ਬਾਅਦ ਅੱਜ 48 ਘੰਟੇ ਪੂਰੇ ਹੋ ਚੁੱਕੇ ਨੇ 48 ਘੰਟਿਆਂ ਬਾਅਦ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਹੰਗਾਰਾ ਬਹੁਤ ਭਾਰੀ ਰਿਸਪਾਂਸ ਪੰਜਾਬ ਦੇ ਲੋਕ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਉਸ ਦੇ ਉਸ ਦੇ ਲਈ ਪੰਜਾਬ ਦੇ ਲੋਕ ਉਸ ਨੰਬਰ ਦੇ ਉੱਤੇ ਟੈਲੀਫੋਨ ਕਾਲ ਕਰ ਰਹੇ ਨੇ ਉਸ ਨੰਬਰ ਦੇ ਉੱਤੇ ਜਿਹੜਾ ਹੈਗਾ WhatsApp ਮੈਸੇਜ ਕਰ ਰਹੇ ਨੇ ਉਸ ਨੰਬਰ ਦੇ ਉੱਤੇ ਵੌਇਸ ਮੇਲ ਕਰ ਰਹੇ ਨੇ ਉਸ ਨੰਬਰ ਦੇ ਉੱਤੇ ਟੈਕਸਟ ਮੈਸੇਜ ਦੇ ਰਹੇ ਨੇ ਕਿ ਲਗਭਗ 11 ਲੱਖ ਤੋਂ ਉੱਪਰ 11 ਲੱਖ ਤੋਂ ਉੱਪਰ 48 ਘੰਟਿਆਂ ਦੇ ਵਿੱਚ 11 ਲੱਖ ਤੋਂ ਉੱਪਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਕੌਣ ਹੋਊਗਾ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਕੈਂਡੀਡੇਟ ਉਹਦੇ ਤੇ ਆਪਣੀ ਸਲਾਹ ਦਿੱਤੀ ਆ ਆਪਣੀ ਰਾਏ ਦਿੱਤੀ ਆ ਆਪਣੇ ਸੁਝਾਅ ਦਿੱਤੇ ਨੇਗੇ ਲਗਭਗ 4 ਲੱਖ ਤੋਂ ਉੱਪਰ 4 ਲੱਖ ਤੋਂ ਉੱਪਰ ਜਿਹੜਾ ਹੈਗਾ WhatsApp ਤੇ ਮੈਸੇਜ ਆਏ ਨੇ ਲਗਭਗ 5 ਲੱਖ ਤੋਂ ਉੱਪਰ 5.5 ਲੱਖ ਦੇ ਕਰੀਬ ਜੜੀਆਂ ਕਾਲਸ ਆਈਆਂ ਨੇਗੀਆਂ ਔਰ ਲਗਭਗ 1 ਲੱਖ 20 1 ਲੱਖ 20 ਹਜ਼ਾਰ ਤੋਂ ਉੱਪਰ ਵਾਇਸ ਮੈਸੇਜ ਆਏ ਨੇਗੇ ਔਰ 75 ਹਜ਼ਾਰ ਦੇ ਕਰੀਬ ਟੈਕਸ ਮੈਸੇਜ ਆਏ ਨੇਗੇ ਸੋ ਲਗਾਤਾਰ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਪ੍ਰੋਸੈਸ ਜਿਹੜਾ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਲੋਕਤੰਤਰ ਦੇ ਵਿੱਚ ਹਰ ਇੱਕ ਦੀ ਸਲਾਹ ਲੈ ਕੇ ਵਲੰਟੀਅਰਾਂ ਤੋਂ ਲੈ ਕੇ ਆਮ ਵੋਟਰ ਦੀ ਸਲਾਹ ਲੈ ਕੇ ਆਮ ਲੋਕਾਂ ਦੀ ਸਲਾਹ ਲੈ ਕੇ ਆਮ ਆਦਮੀ ਪਾਰਟੀ ਮੁਖਮਦ ਚੇਰੇ ਦਾ ਹਲਾਨ ਕਰੂਗੀ ਉਹਦੇ ਵਿੱਚ ਮੈਂ ਸਮਝਦਾ ਇੱਕ ਪੰਜਾਬ ਦੇ ਲੋਕ ਵੱਡੀ ਪੱਧਰ ਤੇ ਆਪਣਾ ਯੋਗਦਾਨ ਪਾ ਰਹੇ ਨੇ ਆਪਣੇ ਵੈਲਿਊਏਬਲ ਸੁਜੈਸ਼ਨ ਜਿਹੜੇ ਨੇਗੇ ਆਪਣੀ ਜਿਹੜੀ ਉਹਨਾਂ ਦੀ ਰਾਏ ਆ ਕੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਮੁੱਖ ਮੰਤਰੀ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੱਲੋਂ ਉੱਚ رائے ਦੇ ਰਹੇ ਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਜਿਹੜਾ ਕੀਤਾ ਸੀ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੂੰ ਬਹੁਤ ਭਾਰੀ ਰਿਸਪੌਂਸ ਪੰਜਾਬ ਦੇ ਲੋਕ ਦੇ ਰਹੇ ਨੇ ਕਿ 48 ਘੰਟਿਆਂ ਦੇ ਵਿੱਚ ਲਗਭਗ 11050 ਗੈਸੌਰੀ 11 ਲੱਖ 50 ਹਜ਼ਾਰ ਤੋਂ ਉੱਪਰ ਪੰਜਾਬ ਦੇ ਲੋਕਾਂ ਨੇ ਉਸ ਦੇ ਵਿੱਚ ਆਪਣੀ رائے ਆਪਣੀ ਸ਼ਮੂਲੀਅਤ ਕੀਤੀ ਆ ਇਹ ਇੱਕ ਮੈਂ ਸਮਝਦਾ ਬਹੁਤ ਵੱਡਾ ਸਟੈਪ ਜਿਹੜਾ ਆਮ ਆਦਮੀ ਪਾਰਟੀ ਨੇ ਚੁੱਕਿਆ ਸੀ ਔਰ ਖਾਸ ਕਰਕੇ ਜੇ ਆਪਾਂ ਮੰਨੀਏ ਕਿ ਲੋਕਤੰਤਰ ਨੂੰ ਹੋਰ ਮਜ਼ਬੂਤ ਕਿਵੇਂ ਕਰਨਾਗਾ ਡੈਮੋਕ੍ਰੇਸੀ ਨੂੰ ਹੋਰ ਕਿਵੇਂ ਤਾਕਤਵਰ ਦੇ ਤਾਕਤ ਦੇਣੀ ਆ ਉਹਦੇ ਲਈ ਇੱਕ ਅਹਿਮ ਸਟੈਪ ਸਾਹਮਤ ਹੋ ਰਿਹਾਗਾ ਇਹ ਜਿਹੜਾ ਨੰਬਰ ਆ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਵਰਕਿੰਗ ਦੇ ਵਿੱਚ ਰਹੂਗਾ 13 ਤੋਂ ਲੈ ਕੇ 17 ਤਰੀਕ ਤੱਕ ਚੱਲਦਾ ਰਹੂਗਾ ਔਰ ਇਨ੍ਹਾਂ ਦਿਨਾਂ ਦੇ ਦੌਰਾਨ ਜਿਹੜੇ ਵੀ ਪੰਜਾਬ ਦੇ ਲੋਕ ਨੇ ਪੰਜਾਬ ਦਾ ਆਵਾਮ ਆ ਪੰਜਾਬ ਦਾ ਨਾਗਰਿਕ ਆ ਉਹ ਆਪਣੀ ਰਾਇ ਇਸ ਨੰਬਰ ਤੇ ਦੇ ਸਕਦਾਗਾ ਕਿ ਕੌਣ ਮੁੱਖ ਮੰਤਰੀ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਹੋਣਾ ਚਾਹੀਦਾ ਮੈਂ ਇੱਕ ਵਾਰ ਫੇਰ ਦੁਬਾਰਾ ਨੰਬਰ ਰਿਪੀਟ ਕਰ ਰਿਹਾ 70 748 70 748 70748 70748 ਮੇਰਾ ਕੈਨ ਦਾ ਪਾਵ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਆਵਾਮ ਨੂੰ ਪੰਜਾਬ ਦੀ ਜਿਹੜੇ ਲੋਕ ਨੇ ਉਹਨਾਂ ਤੋਂ ਰਹਿ ਲੈ ਕੇ ਉਹਨਾਂ ਦਾ ਸਲਾਮ ਅਸ਼ਬਰਾ ਕਰਕੇ ਉਹਨਾਂ ਦਾ ਸੁਝਾਅ ਲੈ ਕੇ ਇਸ ਵਾਰ ਮੁੱਖ ਮੰਤਰੀ ਦੇ ਚਿਹਰੇ ਦਾ ਹਲਾਣ ਕਰੋਗੇ ਤਾਂ ਕਿ ਇੱਕ ਅੱਛੀ ਡੈਮੋਕ੍ਰੇਸੀ ਇੱਕ ਅੱਛਾ ਜਿਹੜਾ ਲੋਕਤੰਤਰ ਇੱਕ ਮਜ਼ਬੂਤ ਜਿਹੜਾ ਲੋਕਤੰਤਰਾ ਉਹ ਦਿਖਾਈ ਦੇਵੇ ਔਰ ਲੋਕਾਂ ਦੇ ਵਿੱਚ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬੰਨੀਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ